ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਖਾਦਾ ਪੈਨਦਾ ਮੁਕਰ ਪਾਏ ਤੇਸ ਨੋ ਜੋ ਹੈ ਦੂਤ ਧਰਮ ਰਾਏ ਤੇਸ ਸੋ ਬੇਮੁਖ ਜਨ ਜਿਉ ਪਿੰਡ ਦੀਨਾ ਕੋਟ ਜਨਮ ਪਰ ਮੈਂ ਬਹੁ ਜੁਨਾ ਰਹਾ ਸਾਕਤ ਕੀ ਐਸੀ ਹੈ ਰੀਤ ਜੋ ਕਿਸ਼ ਕਰੈ ਸਗਲ ਬਿਪਰੀਤ ਜਿਉ ਪਰਾਨ ਜਨ ਮਨ ਤਨ ਤਾਰਿਆ ਸੋਈ ਠਾਕੁਰ ਮਨੋ ਬਿਸਾਰੇਆ ਬੱਦੇ ਬਿਕਰ ਲਿਖੇ ਬਹੁ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬਰਮ ਤੇਰੀ ਸਰਨਾਇ ਵੰਦਨ ਕਾਟ ਤਰੈ ਹਰ ਰਾਇ ਪਾਰ ਬਰਮ ਤੇਰੀ ਸਰਨਾਏ ਵੰਦਨ ਕਾਟ ਤਰੈ ਹਰ ਨਾਏ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਓੰਕਾਰ ਸਤ ਗੁਰ ਪ੍ਰਸਾਦ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਡੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ ਨਾ ਖਤ ਫਟਿਓ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਇ ਸਾਹਿਬੇ ਕੁਲ ਆਲਮ ਦੀਨਾ ਬੰਦੂ ਹਾਲਤ ਪਲਤ ਕੇ ਰਾਖੇ ਗਰੀਬ ਨਿਵਾਜ਼ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਨਿਰੰਕਾਰ ਦਾ ਸ਼ਬਦ ਸਰੂਪ ਹਾਜ਼ਰ ਨਾਜ਼ਰ ਗੁਰਦੇਵ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਖਤ ਨਸ਼ੀਨ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਨਿਧਾਨ ਜਗਤ ਗੁਰੂ ਤਿਨਾ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣਿਓ ਧੀਓ ਗੱਜ ਵਜ ਕੇ ਫਤਿਹ ਦੀ ਸਾਂਝ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰਕੇ ਭੁੱਲੇ ਭਟਕੇ ਜੀਵ ਨੂੰ ਸੱਚ ਦਾ ਮੰਤਰ ਸੱਚ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ ਸਤਿਗੁਰਾਂ ਦਾ ਪਾਵਨ ਫਰਮਾਨ ਹੈ ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਇਸ ਕਲਯੁਗ ਦੀਆਂ ਠਗੀਆਂ ਠਗੌਰੀਆਂ ਵਿੱਚ ਖੱਚਤ ਹੋਏ ਮਨੁੱਖ ਨੂੰ ਮਾਇਆ ਦੇ ਦਲਦਲ ਵਿੱਚ ਫਸ ਚੁੱਕੀ ਮਨੁਕਤਾ ਨੂੰ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਅੱਜ ਪੰਚਮ ਪਾਤਸ਼ਾ ਗੌੜੀ ਮਹੱਲਾ ਪੰਜਵਾਂ ਦੇ ਪਾਵਨ ਸਿਰਲੇਖ ਹੇਠ ਇਸ ਲੜੀ ਦਾ 147ਵਾਂ ਸ਼ਬਦ ਜੋ ਸਹਬੇ ਕਮਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 195 ਅੰਗ ਤੇ ਸੁਭਾਏਮਾਨ ਹੈ। ਇੱਕ ਬੇਨਤੀ ਕਰਾਂ ਸਾਡਾ ਰਹਿਬਰ ਕੈਸਾ ਸਾਂਝਾ ਹੈ? ਵਾਕਈ ਗੁਰੂ ਗ੍ਰੰਥ ਸਾਹਿਬ ਵਰਗਾ ਦੂਜਾ ਕੋਈ ਨਹੀਂ ਹੋ ਸਕਦਾ। ਪੰਜਾਬ ਦੇ ਵਿੱਚ ਜੇ ਕੋਈ ਇਸ ਸ਼ਬਦ ਨੂੰ ਪੜ੍ਹਨਾ ਚਾਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਬੈਠ ਕੇ ਉਸ ਨੂੰ 195 ਅੰਗ ਤੇ ਆਉਣਾ ਪੈਣਾ ਜੇ ਯੂਪੀ ਦੇ ਵਿੱਚ ਕੋਈ ਇਹ ਸ਼ਬਦ ਪੜ੍ਹਨਾ ਚਾਵੇ ਤਾਂ ਵੀ ਉਸ ਨੂੰ 195 ਅੰਗ ਤੇ ਆਉਣਾ ਪੈਣਾ ਜੇ ਕੋਈ ਕੈਨੇਡਾ ਵਿੱਚ ਇਸ ਸ਼ਬਦ ਦੀ ਪੜ੍ਹਾਈ ਕਰਨਾ ਚਾਵੇ ਜਾਂ ਇੰਗਲੈਂਡ ਵਿੱਚ ਪੜ੍ਹਾਈ ਕਰਨਾ ਚਾਵੇ ਜਾਂ ਅਮਰੀਕਾ ਵਿੱਚ ਪੜ੍ਹਨਾ ਚਾਵੇ ਆਸਟ੍ਰੇਲੀਆ ਵਿੱਚ ਬੈਠਾ ਇਸ ਸ਼ਬਦ ਨੂੰ ਪੜ੍ਹਨਾ ਚਾਵੇ ਤਾਂ ਵੀ 195 ਅੰਗ ਤੇ ਆਣਾ ਪੈਣਾ ਹੈ ਭਾਵੇਂ ਕੋਈ Hindu ਵੀਰ ਇਸ ਸ਼ਬਦ ਨੂੰ ਪੜ੍ਹੇ ਭਾਵੇਂ ਕੋਈ ਸਿੱਖ ਪੜ੍ਹੇ ਭਾਵੇਂ ਕੋਈ ਮੁਸਲਮ ਵੀਰ ਪੜ੍ਹੇ ਭਾਵੇਂ ਕੋਈ ਬੀਬੀ ਪੜ੍ਹੇ ਭਾਵੇਂ ਕੋਈ ਵੀਰ ਪੜ੍ਹੇ ਭਾਵੇਂ ਕੋਈ ਬੱਚਾ ਪੜੇ ਭਾਵੇਂ ਕੋਈ ਨੌਜਵਾਨ ਜਾਂ ਬਜ਼ੁਰਗ ਪੜੇ ਜੇ ਬਾਬਾ ਜੀ ਦੇ ਤਾਬਿਆਂ ਬਹਿ ਕੇ ਸ਼ਬਦ ਪੜਨਾ ਹੈ ਤੇ 195 ਅੰਗ ਤੇ ਆਉਣਾ ਪੈਣਾ ਭਾਉ ਗੁਰੂ ਗ੍ਰੰਥ ਸਾਹਿਬ ਸਬਦ ਦੇ ਸਾਝੇ ਰਹਿਬਰ ਨੇ ਜੇ ਏਹ ਸ਼ਬਦ ਦਾ ਉਪਦੇਸ਼ ਸੁਣਨਾ ਹੈ ਤੇ ਇੱਕੋ ਥਾਂ ਤੋਂ ਪ੍ਰਗਟ ਹੋਣਾ ਇੱਕੋ ਥਾਂ ਤੋਂ ਇਹ ਨਹੀਂ ਬਈ ਇੰਗਲੈਂਡ ਵਾਲਿਆਂ ਵਾਸਤੇ ਇਹ ਸ਼ਬਦ ਕਿਤੇ ਹੋਰ ਏ ਤੇ ਇੰਡੀਆ ਵਾਲਿਆਂ ਵਾਸਤੇ ਕਿਤੇ ਹੋਰ ਇਹ ਸਾਂਝਾ ਰਹਿਬਰ ਜੇ ਮਾਨ ਨਾਲ ਕਿਹਾ ਕਰੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਇਤਿਹਾਸਕ ਪੁਸਤਕ ਪੜ ਰਿਆ ਸਾਂ ਮੁਸਲਮਾਨ ਧਰਮ ਦੇ ਇੱਕ ਬਹੁਤ ਵੱਡੇ ਔਲੀਆ ਹੋਏ ਨੇ ਪੰਜ ਵਕਤ ਦੇ ਨਮਾਜ਼ੀ ਖੁਦਾ ਪਾਕ ਦੀ ਭੈ ਭਾਵਨੀ ਵਿੱਚ ਜੀਵਨ ਜਿਉਣ ਵਾਲੇ ਜਦੋਂ ਪ੍ਰਸ਼ਾਦਾ ਛਕਣ ਬਹਿਣਾ ਤੇ ਉਹਨਾਂ ਨੇ ਇੱਕ ਕੁੱਤਾ ਪਾਲਿਆ ਹੋਇਆ ਸੀ ਜਦੋਂ ਪ੍ਰਸ਼ਾਦਾ ਛਕਣ ਬਹਿਣਾ ਤੇ ਕੁੱਤੇ ਨੂੰ ਆਵਾਜ਼ ਮਾਰ ਲੈਣੀ ਕੁੱਤਾ ਆਪਣੇ ਮਾਲਕ ਦਾ ਵਫਾਦਾਰ ਹੁੰਦਾ ਮਾਲਕ ਨੇ ਆਵਾਜ਼ ਮਾਰਨੀ ਤੇ ਕੁੱਤੇ ਨੇ ਕੋਲ ਆ ਕੇ ਬਹਿ ਜਾਣਾ ਤੇ ਪ੍ਰਸ਼ਾਦਾ ਛਕਦਿਆਂ ਇੱਕ ਬੁਰਕੀ ਆਪ ਛਕਣੀ ਤੇ ਇੱਕ ਬੁਰਕੀ ਕੁੱਤੇ ਨੂੰ ਪਾਣੀ ਕੁੱਤੇ ਨੇ ਛਕ ਲੈਣੀ ਐਦਾਂ ਰਲ ਮਿਲ ਕੇ ਪ੍ਰਸ਼ਾਦਾ ਛਕਿਆ ਕਰਦੇ ਸਨ ਇੱਕ ਦਿਨ ਪੁੱਤਰਾ ਨੇ ਗਿਲਾ ਕਰ ਦਿੱਤਾ ਅਬਾ ਹਜ਼ੂਰ ਅਸੀਂ ਤੁਹਾਡੀ ਔਲਾਦ ਅਸੀਂ ਤੁਹਾਡੇ ਜائیں ਆ ਸਾਨੂੰ ਤੁਹਾਡੇ ਤੋਂ ਇੱਕ ਗਿਲਾ ਕੀ ਗਿਲਾ ਪੁੱਤਰਾ ਦੱਸ ਅੱਬਾ ਹਜ਼ੂਰ ਇਹ ਗਿਲਾ ਕੇਵਲ ਮੈਨੂੰ ਨਹੀਂ ਮੇਰੇ ਦੂਜੇ ਵੀਰਾਂ ਨੂੰ ਵੀ ਹੈ ਤੇ ਮੇਰੀਆਂ ਭੈਣਾਂ ਨੂੰ ਵੀ ਤੁਸੀਂ ਜਦੋਂ ਪ੍ਰਸ਼ਾਦਾ ਛਕਣ ਬੈਠਦੇ ਹੋ ਤੁਸੀਂ ਕੁੱਤੇ ਨੂੰ ਆਵਾਜ਼ ਮਾਰਦੇ ਹੋ ਬੜੇ ਪਿਆਰ ਦੇ ਨਾਲ ਇੱਕ ਬੁਰਕੀ ਆਪ ਛਕਦੇ ਹੋ ਤੇ ਇੱਕ ਇੱਕ ਬੁਰਕੀ ਉਹਨੂੰ ਛਕਾਉਂਦੇ ਹੋ ਕਦੇ ਤੁਸੀਂ ਸਾਨੂੰ ਆਵਾਜ਼ ਨਹੀਂ ਮਾਰੀ ਅਸੀਂ ਤੁਹਾਡੀ ਔਲਾਦਾਂ ਤੁਸੀਂ ਸਾਨੂੰ ਕਦੇ ਪਿਆਰ ਨਾਲ ਆਵਾਜ਼ ਨਹੀਂ ਮਾਰੀ ਕਿ ਪੁੱਤਰੋ ਧੀਓ ਆਓ ਅੱਜ ਰਲ ਕੇ ਅਸੀਂ ਪ੍ਰਸ਼ਾਦਾ ਛਕੀਏ ਅੱਬਾ ਹਜ਼ੂਰ ਸਾਨੂੰ ਇੱਕ ਗੱਲ ਦੱਸੋ ਤੁਹਾਡੀ ਔਲਾਦ ਨਾਲੋਂ ਕੁੱਤਾ ਤੁਹਾਨੂੰ ਜ਼ਿਆਦਾ ਪਿਆਰਾ ਹੋ ਗਿਆ جواب ਸੁਣ ਕੇ ਹੈਰਾਨ ਰਹਿ ਜਾਓਗੇ। ਖੁਦਾ ਦੀ ਬੰਦਗੀ ਕਰਨ ਵਾਲਾ ਇੱਕ ਸੱਚਾ ਮੁਸਲਮਾਨ ਜਿਹੜਾ ਪੰਜ ਵਕਤ ਦਾ ਨਮਾਜ਼ੀ ਤੇ ਕੁਰਾਨ ਮਜੀਦ ਤੇ ਪੂਰਨ ਭਰੋਸਾ ਰੱਖਣ ਵਾਲਾ ਆਖਣ ਲੱਗਾ ਪੁੱਤਰਾ ਜੇ ਅੱਜ ਪੁੱਛ ਲਈ ਤੇ ਮੈਂ ਤੈਨੂੰ ਜਵਾਬ ਦੇਣਾ ਵਾਕਈ ਮੈਨੂੰ ਆਪਣੀ ਔਲਾਦ ਨਾਲੋਂ ਇੱਕ ਕੁੱਤਾ ਪਿਆਰਾ ਹੈ। ਸੁਣ ਕੇ ਸਾਰੇ ਹੈਰਾਨ ਰਹਿ ਗਏ। ਕਿਉਂਕਿ ਇਹੋ ਜਿਹੀ ਜਵਾਬ ਦੀ ਉਮੀਦ ਨਹੀਂ ਸੀ ਔਲਾਦ ਨੂੰ। ਔਲਾਦ ਸਭ ਨੂੰ ਪਿਆਰੀ ਹੁੰਦੀ ਹੈ ਔਲਾਦ ਦੇ ਪਿੱਛੇ ਕਈ ਵਾਰੀ ਬੰਦਾ ਆਪਣੇ ਜੀਵਨ ਦੇ ਕਈ ਅਸੂਲ ਤੋੜ ਦਿੰਦਾ ਹੈ ਅੱਜ ਜਦੋਂ ਔਲਾਦ ਨੇ ਸੁਣਿਆ ਕਿ ਸਾਡੇ ਨਾਲੋਂ ਕੁੱਤਾ ਪਿਆਰਾ ਹੱਥ ਜੋੜ ਕੇ ਪੁੱਛਣ ਲੱਗੇ ਅਬਾ ਹਜ਼ੂਰ ਫਿਰ ਇਹ ਵੀ ਦੱਸਣਾ ਕਰੋ ਵੀ ਔਲਾਦ ਨਾਲੋਂ ਕੁੱਤਾ ਕਿਉਂ ਪਿਆਰਾ ਲੱਗਦਾ ਹੈ ਉਹ ਸੱਚੇ ਮੁਸਲਮਾਨ ਨੇ ਖੁਦਾ ਦੇ ਬੰਦੇ ਨੇ ਉਸ ਵੱਲ ਇੱਕ ਜਵਾਬ ਦਿੱਤਾ ਆਖਣ ਲੱਗਾ ਜਦੋਂ ਮੈਂ ਨਿਤਾ ਪ੍ਰਤੀ ਪੰਜ ਵਕਤ ਦੀ ਨਮਾਜ਼ ਪੜ੍ਹਨੀ ਹੁੰਦੀ ਏ ਜਦੋਂ ਮੈਂ ਮਸੱਲਾ ਵਿਛਾਉਣਾ ਤੁਸੀਂ ਜਾਣਦੇ ਹੋ ਸਾਡੇ ਮੁਸਲਮਾਨ ਵੀਰ ਜਦੋਂ ਨਮਾਜ਼ ਪੜ੍ਹਦੇ ਨੇ ਜਿਹੜਾ ਕਪੜਾ ਹੇਠਾਂ ਵਿਛਾਉਂਦੇ ਨੇ ਉਹਨੂੰ ਮਸੱਲਾ ਕਿਹਾ ਜਾਂਦਾ ਬਾਣੀ ਵਿੱਚ ਪੰਕਤੀ ਆਉਂਦੀ ਏ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁਰਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਭਗਤ ਫਰੀਦ ਜੀ ਦਾ ਬਚਨ ਹੈ ਆਖਣ ਲਗਾ ਜਦੋਂ ਮੈਂ ਪੰਜ ਵਕਤ ਦੀ ਨਮਾਜ਼ ਪੜ੍ਹਨੀ ਹੁੰਦੀ ਏ ਮੈਂ ਮਸੱਲਾ ਵਿਛਾਉਣਾ ਮੈਂ ਤੁਹਾਨੂੰ ਸਾਰਿਆਂ ਨੂੰ ਆਵਾਜ਼ ਮਾਰਨਾ ਆਓ ਬੱਚਿਓ ਨਮਾਜ਼ ਦਾ ਸਮਾਂ ਹੋ ਗਿਆ ਔਰ ਰਲ ਕੇ ਖੁਦਾ ਦੇ ਚਰਨਾਂ ਵਿੱਚ ਜੁੜੀਏ ਤੇ ਨਮਾਜ਼ ਅਦਾ ਕਰੀਏ ਤੁਸੀਂ ਮੇਰੀ ਔਲਾਦ ਹੋ ਪਰ ਅਜ ਤੱਕ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ ਅੱਜ ਤੱਕ ਤੁਸੀਂ ਮੇਰੀ ਗੱਲ ਨਹੀਂ ਮੰਨੀ ਇਨ ਮਨ ਕਰਦੇ ਰਹੇ ਅੱਜ ਕੱਲ ਕਰਦੇ ਰਹੇ ਬੰਦੇ ਦਾ ਸੁਭਾਅ ਹੈ ਜਦੋਂ ਬਾਣੀ ਪੜਨ ਦਾ ਸਮਾਂ ਹੈ ਨੀਂਦ ਦਾ ਸਮਾਂ ਹੈ ਤੇ ਬੰਦਾ ਜਿਹੜਾ ਜੁੜਿਆ ਨਹੀਂ ਨਾ ਉਹ ਫਿਰ ਅੱਜ ਭਲਕੇ ਬਹਾਨੇ ਬਣਾਉਂਦਾ ਹੈ ਅਪਾ ਕੱਲ ਤੋਂ ਸ਼ੁਰੂ ਕਰਾਂਗੇ ਅੱਜ ਅਮਰਤ ਵੇਲੇ ਨਹੀਂ ਉਠੇ ਕੱਲ ਤੋਂ ਅਮਰਤ ਵੇਲੇ ਉਠਣਾ ਸ਼ੁਰੂ ਕਰਾਂਗੇ ਜ਼ਿੰਦਗੀ ਬੀਤ ਜਾਂਦੀ ਹੈ ਅਮਰਤ ਵੇਲਾ ਨਹੀਂ ਸਾਮ ਸਕਦੇ ਜਦੋਂ ਤੁਹਾਨੂੰ ਕਿਤੇ ਆਵਾਜ਼ ਮਾਰਾਂ ਤੇ ਤੁਸੀਂ ਕਈ ਪ੍ਰਕਾਰ ਦੇ ਪਹਾਨੇ ਘਟਦੇ ਹੋ ਤੁਸੀਂ ਅੱਜ ਤੱਕ ਮੇਰਾ ਬਚਨ ਨਹੀਂ ਮੰਨਿਆ ਤੁਹਾਡੇ ਨਾਲੋਂ ਤੇ ਇਹ ਕੁੱਤਾ ਚੰਗਾ ਜਦੋਂ ਮੈਂ ਮਸੱਲਾ ਵਿਛਾਵਾਂ ਮੈਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਂਦੀ ਮੇਰੇ ਕੋਲ ਆ ਕੇ ਬਹਿ ਜਾਂਦਾ ਜਦੋਂ ਮੈਂ ਖੁਦਾ ਦੇ ਮਾਰਗ ਤੇ ਟੁਰਨਾ ਜਦੋਂ ਮੈਂ ਇੱਕ ਇੱਕ ਕਦਮ ਭਾਵਨਾ ਵਾਲਾ ਨਮਾਜ਼ ਪੜ੍ਹਦਿਆਂ ਉਸ ਖੁਦਾ ਦੀ ਗੋਦ ਵਿੱਚ ਹੁੰਨਾ ਉਸ ਵੇਲੇ ਤੁਸੀਂ ਮੇਰੇ ਸਾਥੀ ਨਹੀਂ ਮੇਰਾ ਕੁੱਤਾ ਮੇਰਾ ਹਮਸਫਰ ਹੁੰਦਾ ਹੈ ਜੇ ਗੁਰੂ ਦਾ ਸਿੱਖ ਸੁਖ ਭਲਦਾ ਤੇ ਸਿੱਖਿਆ ਧਾਰਨ ਕਰਨੀ ਪਏਗੀ ਸੁਖ ਸਿੱਖ ਸਿੱਖਿਆ ਇਹ ਇੱਕ ਦੂਜੇ ਦੇ ਨਾਲ ਰਲਦੇ ਮਿਲਦੇ ਸ਼ਬਦ ਨੇ ਕਦੇ ਸਮਾ ਬਣਿਆ ਤੇ ਇਸ ਸਿੱਖੱਖੇ ਦੇ ਉੱਤੇ ਬਹੁਤ ਲਮੇਰੀ ਵਿਚਾਰੇ ਉਹ ਅੱਜ ਨਹੀਂ ਆਓ ਪੰਚਮ ਪਾਤਸ਼ਾਹ ਦੇ ਪਾਵਨ ਸ਼ਬਦ ਦੀ ਵਿਚਾਰ ਆਪ ਸਾਧ ਸੰਗਤ ਜੀ ਦਾਸ ਗਰੀਬ ਦੇ ਸੀਸ ਤੇ ਹੱਥ ਰੱਖਣਾ ਕਿਉਂਕਿ ਸੰਗਤ ਦਾ ਦਰਜਾ ਬੜਾ ਉੱਚਾ ਹੈ ਸੰਗਤ ਹੀ ਕਥਾ ਕਰਾਉਂਦੀ ਏ ਤੇ ਸੰਗਤ ਹੀ ਸੁਣਦੀ ਏ ਅਸਾਂ ਜੋਰ ਨਹੀਂ ਜੇ ਕਿਛ ਕਰ ਹਮਸਕਾਂ ਇੱਕੋ ਬੇਨਤੀ ਜਿਉਂ ਪਾਵੇ ਤੇ ਮੈਂ ਬਖਸ਼ ਆਓ ਅੱਜ ਦੀ ਵਿਚਾਰ ਵਿੱਚ ਰਹੀਏ ਜੀ ਖਾਦਾ ਪੈਨਦਾ ਮੁਕਰ ਪਾਏ ਤੇ ਸੁਨੋ ਜੋ ਹੈ ਦੂਤ ਧਰਮ ਰਾਏ ਇਸ ਪਾਵਨ ਸ਼ਬਦ ਦੇ ਪਹਿਲੇ ਪਦੇ ਦੀ ਵਿਚਾਰ ਸਤਿਗੁਰੂ ਫਰਮਾਉਂਦੇ ਨੇ ਖਾਦਾ ਪੈਨਦਾ ਮੁਕਰ ਪਾਏ ਜਿਸ ਪਰਮੇਸ਼ਵਰ ਵਾਹਿਗੁਰੂ ਦਾ ਬਖਸ਼ਿਆ ਹੋਇਆ ਜੀਵਨ ਇੱਕ ਇੱਕ ਸਵਾਸ ਆਨੰਦ ਵਿੱਚ ਲੈ ਰਹੇ ਆ ਜੀਵਨ ਜੀ ਰਹੇ ਆ ਜਿਸ ਦਾ ਬਖਸ਼ਿਆ ਅੰਨ ਛਕਨੇ ਆ ਜਿਸ ਦੇ ਬਖਸ਼ੇ ਬਸਤਰ ਪਹਿਨੇ ਆ ਸੋ ਕਿਉਂ ਬਿਸਰੇ ਜਿਨ ਸਭ ਕੁਛ ਦਿਆ ਸੋ ਕਿਉਂ ਬਿਸਰੇ ਜਿਨ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੇ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਬਿਸਰੇ ਜੇ ਬਖਤੇ ਕਾਡੇ ਜਨਮ ਜਨਮ ਕਾ ਟੂਟਾ ਗਾਂਡੇ ਜਿਸਨੇ ਮਨੁੱਖ ਦੇ ਰੂਪ ਦੇ ਵਿੱਚ ਜਨਮ ਦਿੱਤਾ ਸਿੱਖ ਦੇ ਘਰ ਜਨਮ ਦਿੱਤਾ ਸੁਖਮਨੀ ਪੜਨ ਵਾਲੀ ਜਪਜੀ ਪੜਨ ਵਾਲੀ ਮਾਂ ਦੇ ਘਰ ਜਨਮ ਦਿੱਤਾ ਐਸਾ ਸੁਚੱਜਾ ਜੀਵਨ ਘੜਿਆ ਹਰ ਸੰਸਾਰ ਦਾ ਸੁੱਖ ਮਾਲਕ ਨੇ ਸਾਨੂੰ ਬਖਸ਼ਿਆ ਹਰ ਪੱਖੋਂ ਸਾਨੂੰ ਖੁਸ਼ਹਾਲ ਬਣਾਇਆ ਇਹਨੇ ਸੁੰਦਰ ਕਾਇਆ ਬਖਸ਼ੀ ਏ ਇੰਨਾ ਸੁੰਦਰ ਜੀਵਨ ਬਖਸ਼ਿਆ ਇੰਨੇ ਸੁੰਦਰ ਬਸਤਰ ਪਹਿਨਨੇ ਆ ਉਡਾਨੇ ਆ ਸੁੰਦਰ ਛੱਤੀ ਪ੍ਰਕਾਰ ਦੇ ਭੋਜਨ ਛਕਨੇ ਆ ਤੇ ਜੇ ਫੇਰ ਉਸ ਪਰਮੇਸ਼ਵਰ ਦੇ ਨਾਮ ਤੋਂ ਮੁਨਕਰ ਹੋ ਗਏ ਆ ਨਾ ਤੇ ਬਾਬਾ ਜੀ ਇਸ ਪੰਕਤੀ ਨੂੰ ਸੰਪੂਰਨ ਕਰਦੇ ਆ ਬਚਨ ਕਰਦੇ ਨੇ ਖਾਦਾ ਪੈਨਦਾ ਮੁਕਰ ਪਾਏ ਤਿਸਨੋ ਜੋਹੇ ਦੂਤ ਧਰਮ ਰਾਏ ਧਰਮ ਰਾਏ ਦੇ ਦੂਤ ਪਾਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਬਖੀਲੀ ਭੈ ਆਦਕ ਇਹ ਜਿਹੜੇ ਨੇ ਨਾ ਇਹ ਸਾਰੇ ਧਰਮ ਰਾਜ ਦੇ ਦੂਤ ਨੇ ਇਹਨਾਂ ਨੇ ਸਾਨੂੰ ਘੇਰਾ ਪਾਇਆ ਹੋਇਆ ਜਦੋਂ ਤੱਕ ਅਸੀਂ ਨਿਤਨੇਮ ਵਿੱਚ ਆ ਜਦੋਂ ਤੱਕ ਅਸੀਂ ਮਰਿਆਦਾ ਵਿੱਚ ਆ ਇਹ ਸਾਡੇ ਨੇੜੇ ਨਹੀਂ ਆ ਸਕਦੇ ਜਦੋਂ ਅਸੀਂ ਮਰਿਆਦਾ ਤੋਂ ਬਾਹਰ ਹੋ ਜਾਂਦੇ ਆ ਜਦੋਂ ਅਸੀਂ ਨਿਤਨੇਮ ਨੂੰ ਵਿਸਾਰ ਦਿੰਨੇ ਆ ਪਰਮੇਸ਼ਵਰ ਵਾਹਿਗੁਰੂ ਦੇ ਚਿੰਤਨ ਨੂੰ ਵਿਸਾਰ ਦਿੰਨੇ ਆ ਤੇ ਸਾਰੀਆਂ ਚਿੰਤਾਵਾਂ ਸਾਨੂੰ ਆ ਕੇ ਘੇਰ ਲੈਂਦੀਆਂ ਆ ਇਸ ਲਈ ਬਾਬਾ ਜੀ ਕਹਿੰਦੇ ਨੇ ਜਦੋਂ ਤੱਕ ਪਰਮੇਸ਼ਵਰ ਦੇ ਨਾਮ ਨੂੰ ਜਪਨਾ ਕਰੇਗਾ ਮਰਿਆਦਾ ਦੇ ਦਾਇਰੇ ਵਿੱਚ ਰਹੇਗਾ ਇਹ ਧਰਮ ਰਾਜ ਦੇ ਦੂਤ ਤੇਰਾ ਕੁਝ ਨਹੀਂ ਵਿਗਾੜ ਸਕਦੇ ਪਰ ਜਦੋਂ ਤੂੰ ਇਸ ਦਾਇਰੇ ਤੋਂ ਬਾਹਰ ਹੋ ਗਿਆ ਹੋ ਜਦੋਂ ਪਰਮੇਸ਼ਵਰ ਦੇ ਨਾਮ ਤੋਂ ਮੁਨਕਰ ਹੋ ਗਿਆ ਹੋ ਜਦੋਂ ਪਰਮੇਸ਼ਵਰ ਦੇ ਨਾਮ ਨੂੰ ਵਿਸਾਰ ਦਿੱਤਾ ਤੇ ਸੱਚ ਜਾਣੀ ਇਹ ਸਾਰੇ ਦੂਤ ਤੇਰੇ ਤੇ ਹਾਵੀ ਹੋ ਜਾਣਗੇ ਤੇ ਤੇਰਾ ਜੀਵਨ ਨਰਕ ਹੋ ਜਾਵੇਗਾ ਸਿਸ ਸੰਬੇ ਮੁਖ ਜਨ ਜਿਉ ਪਿੰਡ ਦੀਨਾ ਕੋਟ ਜਨਮ ਪਰ ਮੈਂ ਬਹੁ ਜੁਨਾ ਰਹਾ ਵਾਹਿਗੁਰੂ ਰਹਾਉ ਦੀ ਪੰਕਤੀ ਇਸ ਪਵਨ ਸ਼ਬਦ ਦਾ ਸੈਂਟਰਲ ਆਈਡੀਆ ਜਿਸ ਪਰਮੇਸ਼ਵਰ ਨੇ ਇਹ ਜੀਵਨ ਬਖਸ਼ਿਆ ਸਵਾਸਾਂ ਦੀ ਡੋਰੀ ਨੂੰ ਸੰਭਾਲਣ ਦਾ ਉਪਦੇਸ਼ ਦੇ ਕੇ ਇਸ ਸੰਸਾਰ ਵਿੱਚ ਭੇਜਿਆ ਸਾਧ ਸੰਗਤ ਜੀ ਇਹ ਸਵਾਸਾਂ ਦੀ ਡੋਰੀ ਹੈ ਕਿਤੇ ਇੱਕ ਵੀ ਸਵਾਸ ਮਿਸ ਹੋ ਜਾਵੇ ਤੇ ਕੰਮ ਖਤਮ ਇੱਕ ਵੀ ਸਵਾਸ ਕਿਤੇ ਡ੍ਰੌਪ ਹੋ ਜਾਵੇ ਨਾ ਜੀਵਨ ਦੀ ਲੀਲਾ ਸਮਾਪਤ ਵੇਖੋ ਸਤਗੁਰਾਂ ਨੇ ਕਿਵੇਂ ਇਹ ਡੋਰ ਬਖਸ਼ੀ ਏ ਤੇ ਨਾਲ ਸਾਨੂੰ ਹੁਕਮ ਕੀਤਾ ਵੀ ਜਿੱਥੇ ਸਵਾਸ ਲੈਣੇ ਨੇ ਉਥੇ ਨਾਲ-ਨਾਲ ਨਾਮ ਜਪਣ ਦੀ ਜਿਹੜੀ ਡੋਰ ਹੈ ਨਾ ਇਹਨੂੰ ਵੀ ਕਦੇ ਡਿਸਕੰਟੀਨਿਊ ਨਹੀਂ ਹੋਣ ਦੇਣਾ ਸਾਸ ਸਾਸ ਸਿਮਰੋ ਗੋਬਿੰਦ ਗੋ ਕਹਿੰਦੇ ਨੇ ਧਰਤੀ ਨੂੰ ਤੇ ਬਿੰਦ ਮਾਲਕ ਇਸ ਧਰਤੀ ਦਾ ਇਸ ਸ੍ਰਿਸ਼ਟੀ ਦਾ ਮਾਲਕ ਉਹ ਪਰਮੇਸ਼ਵਰ ਦਿਆਲ ਇਹ ਜਿਹੜਾ ਗੋਪਾਲ ਲਫ਼ਜ਼ ਹੈ ਨਾ ਬਾਣੀ ਵਿੱਚ ਆਇਆ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜਸਵਰਤਾ ਗੋ ਆਖਦੇ ਨੇ ਧਰਤੀ ਨੂੰ ਪਾਲ ਕਹਿੰਦੇ ਨੇ ਪਾਲਣਾ ਕਰਨ ਵਾਲਾ ਧਰਤੀ ਦੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਭਗਤ ਜਨਾਂ ਨੇ ਗੋਪਾਲ ਕਹਿ ਕੇ ਪੁਕਾਰਿਆ ਤੇ ਧਰਤੀ ਦੇ ਮਾਲਕ ਨੂੰ ਸ੍ਰਿਸ਼ਟੀ ਦੇ ਮਾਲਕ ਨੂੰ ਪਿਆਰਿਆਂ ਨੇ ਗੋਬਿੰਦ ਕਹਿ ਕੇ ਪੁਕਾਰਿਆ ਇਹ ਲਫ਼ਜ਼ ਗੁਰਬਾਣੀ ਵਿੱਚ ਕਈ ਥਾਵਾਂ ਤੇ ਆਉਂਦਾ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ ਬੁੰਨਣਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾਂ ਨੀਚ ਕੁਲਾ ਜੁਲਾਹ ਰੋ ਭਇਓ ਗੁਨੀ ਗਹੀਰਾ ਰਵਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਣ ਨਾਈ ਬੁਤਕਾਰੀਆ ਓ ਘਟ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੇ ਗਣਿਆ ਇਹ ਬਿਦ ਸੁਣ ਕੇ ਜਟ ਰੋ ਉਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆਂ ਧੰਨਾ ਵਡਪਾਗਾ ਕਿਵੇਂ ਮਿਲੇ ਜਦੋਂ ਗੋਬਿੰਦ ਨੂੰ ਚਿਤਵਿਆ ਜੋ ਸਾਡਾ ਮਾਲਕ ਹੈ ਸ੍ਰਿਸ਼ਟੀ ਦਾ ਕਰਤਾ ਹੈ ਐਸੇ ਕਰਨਹਾਰ ਗੁਰਦੇਵ ਨੂੰ ਸਦਾ ਸਿਮਰਨਾ ਕਰੀਏ ਸਤਿਗੁਰੂ ਬਚਨ ਕਰਕੇ ਫਰਮਾਉਂਦੇ ਨੇ ਤਿਸ ਸਿਉ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਪਰਮੇ ਬਹੁ ਜੂਨਾ ਜੇ ਉਸ ਨੂੰ ਨਹੀਂ ਨ ਚਿਤਵਿਆ ਤੇ ਇੱਕ ਗੱਲ ਧਿਆਨ ਰੱਖੀ 83 ਲੱਖ 99 ਹਜ਼ਾਰ 999 ਜੂਨਾ ਭੁਗਤ ਕੇ ਇਹ ਜੂਨ ਪ੍ਰਾਪਤ ਹੋਈ ਏ ਸਭ ਤੋਂ ਉੱਤਮ ਜੂਨ ਹੈ ਜੇ ਹੁਣਵੇਂ ਨਹੀਂ ਸਮਲਿਆ ਤਾਂ ਪਰਮੇ ਬਹੁ ਜੂਨਾ ਫੇਰ ਅਗਲੀਆਂ ਜੂਨਾ ਲਈ ਤਿਆਰ ਹੋ ਜਾ ਕਦੇ ਕੁੱਤੇ ਬਣੇ ਕਦੇ ਸੱਪ ਬਣੇ ਕਦੇ ਕਾਂ ਬਣੇ ਕਦੇ ਚਿੜੀਆਂ ਬਣੇ ਕਦੇ ਤੋਤੇ ਬਣੇ ਕਦੇ ਬਗਲੇ ਬਣੇ ਕਦੇ ਕੋੜ ਕਿਲਣੀਆਂ ਬਣ ਕੇ ਕੰਧਾਂ ਤੇ ਚੜੇ ਰਹੇ ਕਦੇ ਠੂਹੇ ਬਣ ਕੇ ਡੰਗਦੇ ਰਹੇ ਸਾਰੇ ਸੰਸਾਰ ਨੂੰ ਕਦੇ ਕੀੜੀਆਂ ਬੜੇ ਕਦੇ ਹਾਥੀ ਬਣੇ ਉਹ ਮਾਨ ਕਰਿਆ ਕਰੋ ਇਹਨਾਂ ਵਿੱਚੋਂ ਸਭ ਤੋਂ ਉੱਤਮ ਜੂਨ ਜੇ ਹੁਣ ਇਸ ਸ੍ਰਿਸ਼ਟੀ ਤੇ ਆਏ ਆ ਤੇ ਹੁਣ ਬੰਧਨ ਮੁਕਤ ਹੋ ਜਾਈਏ ਯਤਨ ਤਾਂ ਕਰੀਏ ਜੇ ਹੁਣ ਨਾ ਯਤਨ ਕੀਤਾ ਇੱਕ ਕੌੜਾ ਸੱਚ ਕਹਿ ਦਿਆਂ ਹੋ ਸਕਦਾ ਹੈ ਮੇਰੀ ਗੱਲ ਕਿਸੇ ਨੂੰ ਚੰਗੀ ਨਾ ਲੱਗੇ ਜੇ ਹੁਣ ਵੀ ਪ੍ਰਭੂ ਨੂੰ ਨਾ ਚਿਤਵਿਆ ਤੇ ਅਗਲੇ ਜਨਮ ਵਿੱਚ ਖੋਤਾ ਬਣ ਕੇ ਭਾਰ ਢੋਣ ਨੂੰ ਤਿਆਰ ਰੋ ਜੇ ਹੁਣ ਵੀ ਨਾ ਸਮਲਿਆ ਤੇ ਸੂਰ ਬਣ ਕੇ ਨਾਲੀਆਂ ਵਿੱਚ ਗੰਦਗੀ ਖਾਣ ਲਈ ਮੂੰਹ ਮਾਰਨ ਲਈ ਤਿਆਰ ਹੋ ਜਾ ਸੱਪ ਬਣ ਕੇ ਜ਼ਹਿਰ ਪਾਲਣ ਲਈ ਤਿਆਰ ਹੋ ਜਾ ਤੇ ਹੋਰ ਮੰਦੀਆਂ ਜੋ ਵਾਸ਼ਨਾਵਾ ਭਰੇ ਜੋ ਭੈਣੀਆਂ ਜੂਨਾ ਨੇ ਜੇ ਹੁਣ ਵੀ ਨਾ ਸੰਭਲੇ ਤੇ ਉਹਨਾਂ ਵਿੱਚ ਪੈਣਾ ਪੈਣਾ ਕਿਉਂਕਿ ਇਹ ਸਤਗੁਰਾਂ ਨੇ ਸਾਨੂੰ ਬਖਸ਼ਿਸ਼ ਭਰਿਆ ਇੱਕ ਮੌਕਾ ਦਿੱਤਾ ਕਿਤੇ ਜੇ ਇਸ ਮੌਕੇ ਨੂੰ ਨਾ ਸੰਭਾਲਿਆ ਤੇ ਫੇਰ ਅਗਲੀਆਂ ਜੂਨਾ ਭੁਗਤਣੀਆਂ ਪੈਣਗੀਆਂ ਸਾਕਤ ਕੀ ਐਸੀ ਹੈ ਰੀਤ ਜੋ ਕਿਸ਼ ਕਰੈ ਸਗਲ ਬਿਪਰੀਤ ਸਾਖਤ ਕੀ ਐਸੀ ਹੈ ਰੀਤ ਸਾਖਤ ਕੌਣ ਹੈ ਮਨਮੁਖ ਅਗਿਆਨੀ ਜੋ ਜਾਣਦੇ ਹੋਏ ਵੀ ਕੁਝ ਨਹੀਂ ਜਾਨਣਾ ਚਾਹਦਾ ਭਗਤ ਕਬੀਰ ਜੀ ਬਚਨ ਕਰਦੇ ਨੇ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਲਸਣ ਕਹਿੰਦੇ ਨੇ ਗਾਰਲਿਕ ਥੋਮ ਜਿਹੜਾ ਅਸੀਂ ਪਦਾਰਥ ਸਬਜ਼ੀਆਂ ਵਿੱਚ ਵਰਤਨੇ ਆ ਸਿਹਤ ਵਾਸਤੇ ਚੰਗਾ ਹੁੰਦਾ ਪਰ ਉਹਦੇ ਵਿੱਚ ਬੜਾ ਵੱਡਾ ਆਉਗਣ ਜੇ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ ਭਾਵੇਂ ਜਿੰਨਾ ਮਰਜੀ ਲੁਕ ਕੇ ਜੇ ਕੋਈ ਉਹਨੂੰ ਖਾ ਲਵੇ ਨਾ ਚਿੱਥ ਕੇ ਖਾ ਲਵੇ ਤੇ ਉਹਦੀ ਸਮੈਲ ਇੰਨੀ ਹੁੰਦੀ ਏ ਬਈ ਸਵਾ ਦੇ ਵਿੱਚ ਆ ਕੇ ਬੋਲਿਆ ਪ੍ਰਗਟ ਹੋ ਜਾਂਦਾ ਵੀ ਇਹ ਬੰਦਾ ਥੋਮ ਛੱਕ ਕੇ ਆਇਆ ਭਾਵੇਂ ਸਿਹਤ ਲਈ ਚੰਗਾ ਹੈ ਪਰ ਸਮੈਲ ਦੁਨੀਆ ਨੂੰ ਦਰਸਾ ਦਿੰਦੀ ਏ ਕਿ ਇਹਨੇ ਅਜਾ ਆ ਪਦਾਰਥ ਛਕਿਆ ਤੇ ਬਾਬਾ ਜੀ ਕਹਿੰਦੇ ਭਾਵੇਂ ਬੰਦਾ ਬਾਹਰੋਂ ਸਰੂਪ ਕਰਕੇ ਬੜਾ ਸੁੰਦਰ ਲੱਗਦਾ ਹੋਵੇ ਦੇਖਣ ਦੇ ਵਿੱਚ ਬੜਾ ਦਰਸ਼ਨੀ ਸਿੰਘ ਹੋਵੇ ਪਰ ਜਦੋਂ ਕੋੜਾ ਬੋਲੇਗਾ ਮਨਮਤ ਵਾਲੀ ਗੱਲ ਕਰੇਗਾ ਤੇ ਪਤਾ ਲੱਗ ਜਾਏਗਾ ਇਹ ਹੋਰ ਕੋਈ ਨਹੀਂ ਹੈ ਇਹ ਸਾਖਤ ਪੁਰਸ਼ ਏ ਇਹ ਗੁਰੂ ਤੋਂ ਬੇਮੁਖ ਹੋਇਆ ਆ ਪੰਜ ਅਮਰਤ ਸੰਭਾਲ ਲੈਣਾ ਜੀ ਅਮਰਤ ਵੇਲਾ ਅਮਰਤ ਬਾਣੀ ਅਮਰਤ ਨਾਮ ਅਮਰਤ ਵਿਚਾਰ ਤੇ ਖੰਡੇ ਬਾਟੇ ਦਾ ਅਮਰਤ ਜੇ ਸਿੱਖ ਨੇ ਪੰਜ ਅਮਰਤ ਸੰਭਾਲ ਲਏ ਤੇ ਛੇਵਾਂ ਅਮਰਤ ਗੁਰੂ ਨੇ ਤੁਹਾਨੂੰ ਗਿਫਟ ਵਿੱਚ ਦੇ ਦੇਣਾ ਜੀ ਉਹ ਕਿਹੜਾ ਹੈ ਅਮਰਤ ਫਲ ਪਰ ਅਮਰਤ ਫਲ ਲੱਗਣਗੇ ਕਿਨਾਂ ਨੂੰ ਜਿਹੜੇ ਗੁਰੂ ਦਾ ਬਚਨ ਮੰਨਣਗੇ ਤੇ ਜਿਨ੍ਹਾਂ ਨੇ ਗੁਰੂ ਦਾ ਬਚਨ ਨਹੀਂ ਮੰਨਣਾ ਐਸੇ ਸਾਖਤਾ ਨੂੰ ਫਿਰ ਬਿੱਖ ਫਲ ਮਿਲਦੇ ਨੇ ਜਿਹਾ ਬੀਜੇ ਸੋ ਲੁਣੇ ਕਰਮਸੰਦ ਰਾਖੇ ਸਾਕਤ ਦੇ ਕਰਮ ਕੈਸੇ ਨੇ ਸਾਕਤ ਕੀ ਐਸੀ ਹੈ ਰੀਤ ਉਹਦੇ ਕਰਮ ਕੈਸੇ ਨੇ ਉਹ ਕਦੇ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ ਆ ਪਹਿਲੇ ਦਿਨ ਜਦੋਂ ਦਾਸ ਗਰੀਬ ਦੀ ਹਾਜ਼ਰੀ ਸੀ ਤੇ ਇੱਕ ਵਿਚਾਰ ਗੁਰੂ ਦੀ ਕਿਰਪਾ ਨਾਲ ਸਾਂਝੀ ਹੋਈ ਸੀ ਕਿਰਪਾ ਦੇ ਉੱਤੇ ਕਿਉਂਕਿ ਅੱਜ ਦਾਸ ਦੀ ਇਸ ਲੜੀ ਦੀ ਅਖੀਰਲੀ ਹਾਜ਼ਰੀ ਹੈ ਅੱਜ ਦਾਸ ਨੇ ਆਪ ਤੋਂ ਖਿਮਾ ਮੰਗ ਲੈਣੀ ਕਿਰਪਾ ਦੀ ਵਿਚਾਰ ਆਰੰਭ ਹੋਈ ਸੀ ਕਿ ਕਿਰਪਾ ਹੈ ਕੀ ਇੱਥੇ ਤੱਕ ਵਿਚਾਰ ਹੋਈ ਸੀ ਕਿ ਕਿਰਪਾ ਗੁਰੂ ਨਾਨਕ ਦੇ ਘਰੋਂ ਮਿਲਦੀ ਹੈ ਕਿਰਪਾ ਕਿਤੇ ਬਾਜ਼ਾਰੋਂ ਨਹੀਂ ਮਿਲਦੀ ਤੇ ਕਿਰਪਾ ਪ੍ਰਾਪਤ ਕਰਨ ਲਈ ਸਾਨੂੰ ਭੇਟਾ ਕੀ ਦੇਣੀ ਪੈਂਦੀ ਹੈ 19 ਤਿਆਗ ਕਰਨੇ ਪੈਂਦੇ ਨੇ ਇਹ ਵਿਚਾਰ ਪਹਿਲੇ ਦਿਨ ਹੋ ਚੁੱਕੀ ਉਹ ਨਹੀਂ ਤੇ ਆ ਕਿਹੜੇ ਨੇ ਉਂਗਲਾਂ ਤੇ ਗਿਣ ਲੈਣਾ ਇੱਕ ਵਾਰੀ ਫੇਰ ਬੋਲਦੇ ਆ ਜਿਹੜੀਆਂ ਸੰਗਤਾਂ ਪਹਿਲੇ ਦਿਨ ਨਹੀਂ ਸੁਣਾਈਆਂ ਗੁਰਤੇਗ ਬਹਾਦਰ ਸਾਹਿਬ ਦੱਸਦੇ ਨੇ ਵੀ ਜੇ ਤੂੰ ਕਿਰਪਾ ਦਾ ਪਾਤਰ ਬਣਨਾ ਚਾਹਨਾ ਹੈ ਬਾਜ਼ਾਰ ਜਾਂਦੇ ਆ ਕੋਈ ਪਦਾਰਥ ਲੈਣਾ ਹੋਵੇ ਮੁੱਲ ਦੇਣਾ ਪੈਂਦਾ ਕਿਰਪਾ ਐਸੀ ਦਾਤ ਏ ਜਿਹੜੀ ਬਾਜ਼ਾਰ ਦੇ ਵਿੱਚੋਂ ਨਹੀਂ ਜੇ ਮਿਲਣੀ ਕੇਵਲ ਤੇ ਕੇਵਲ ਗੁਰਨਾਨਕ ਦੇ ਘਰੋਂ ਮਿਲਣੀ ਤੇ ਜੇ ਕੋਈ ਪਦਾਰਥ ਲੈਣਾ ਹੋਵੇ ਤੇ ਬਿਨਾਂ ਭੇਟਾ ਦਿੱਤੇ ਆਂਦੇ ਨਹੀਂ ਨਾ ਮਿਲਦਾ ਤੇ ਕਿਰਪਾ ਲਈ ਵੀ ਭੇਟਾ ਦੇਣੀ ਪਏਗੀ ਕਿਉਂਕਿ ਕਿਰਪਾ ਇੱਕ ਬੇਸ਼ਕੀਮਤੀ ਦਾਤ ਹੈ ਇਸ ਲਈ ਭੇਟਾ ਵੀ ਬੇਸ਼ਕੀਮਤੀ ਦੇਣੀ ਪਏਗੀ 19 ਤ્યાਗ ਜੀਵਨ ਵਿੱਚ ਕਰਨੇ ਪੈਣਗੇ ਉਂਗਲਾਂ ਤੇ ਗਿਣ ਲੈਣਾ ਗੁਰਤੇਗ ਬਹਾਦਰ ਸਾਹਿਬ ਨੇ ਕਿਰਪਾ ਦਾ ਪਾਤਰ ਬਣਨ ਲਈ ਇਹ 19 ਤ્યાਗ ਕਰਨ ਦੀ ਜਾਂਚ ਦਰਸਾਈ ਹੈ ਉਂਗਲਾਂ ਤੇ ਗਿਣ ਲੋ ਬਿਸ਼ੱਕ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁਖ ਸਨੇਹ ਅਰ ਭੈ ਨਹੀ ਜਾਣਕਾ ਕੰਚਨ ਮਾਟੀ ਮਾਨੇ ਨੈ ਨਿੰਦਿਆ ਨੈ ਉਸਤਤ ਜਾਣਕਾ ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ त्याਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਉੰਨੀ ਹੋਗੇ ਜੇ ਪੂਰੇ ਕਾਮ ਕ੍ਰੋਧ ਜੇ ਪਰਸੇ ਨਾਹਨ ਤੈਂ ਕੱਟ ਬ੍ਰਹਮ ਨਿਵਾਸਾ ਫਿਰ ਕੀ ਹੋਏਗਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ जुगਤ ਪਛਾਨੀ ਹੁਣ ਕਿਰਪਾ ਦਾ ਲਾਭ ਦੇਖਣਾ ਜਿਹੜਾ ਕਿਰਪਾ ਦਾ ਪਾਤਰ ਬਣ ਗਿਆ ਉਹਨੂੰ ਦਾਤ ਕਿਹੜੀ ਮਿਲੇਗੀ ਨਾਨਕ ਲੀਨ ਭਇਓ ਗੋਬਿੰਦ ਸਿਓ ਨਾਨਕ ਲੀਨ ਭਇਓ ਗੋਬਿੰਦ ਸਿਓ ਨਾਨਕ ਲੀਨ ਭਇਓ ਗੋਬਿੰਦ ਸਿਓ ਨਾਨਕ ਲੀਨ ਭਇਓ ਗੋਬਿੰਦ ਸਿਓ